ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵਧੀਆ ਫਾਰਮ ਯੂਟਿਊਬ ਚੈਨਲ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ, ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ, ਪਿੰਡ ਸੇਖੂਪੁਰਾ, ਤਹਿਸੀਲ ਬਟਾਲਾ ਅਤੇ ਜ਼ਿਲ੍ਹਾ ਗੁਰਦਾਸਪੁਰ, ਜੈਂਤੀਪੁਰ ਦੇ ਨਾਲ ਹੀ ਬਿਲਕੁਲ ਪਿੰਡ ਹੈ, ਬਿਲਕੁਲ ਰੋਡ ਦੇ ਉੱਪਰ ਹੀ। ਅਤੇ ਪਹਿਲੀ ਵੀਡੀਓ ਵਾ ਆਪਣੀ ਇਸ ਘਰ ਦੇ ਵਿੱਚੋਂ, ਅਤੇ ਵਪਾਰ ਦਾ ਕੰਮ ਆ ਵੀਰ ਜੀ ਹੁਣਾਂ ਦਾ। ਅਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਇੱਕ ਵੈੜ ਅਤੇ ਤਿੰਨ ਝੋਟੀਆਂ ਸੂਈਆਂ ਸਵਾਈਆਂ ਤੁਹਾਨੂੰ ਦਿਖਾਉਣੀਆਂ ਵਾ। ਅਤੇ ਆ ਬੱਚੇ ਲਾ ਕੇ ਜਿਹੜੀਆਂ ਆਪਾਂ ਸਮਾਉਂਦੇ ਇੱਕ ਵਾਰੀ, ਕਹਿੰਦੇ ਨਾਲੇ ਥਣਾ ਥੁਣਾ ਦਾ ਚੰਗੀ ਤਰ੍ਹਾਂ ਪਤਾ ਲੱਗ ਜੂ। ਸਾਰੀਆਂ ਆਪਾਂ ਸਮਾਤੀਆਂ ਨੇ, ਹਾਂ ਲਿਖ ਸਕਦੇ ਜੀ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਨਾਮ ਦੱਸਦੇ ਇੱਕ ਵਾਰੀ ਆਪਣਾ। ਮੇਰਾ ਨਾਂ ਜਸਪਾਲ ਸਿੰਘ ਜੀ। ਠੀਕ ਆ। ਜਸਪਾਲ ਸਿੰਘ ਨੰਬਰਦਾਰ, ਪਿੰਡ ਸ਼ੇਰਪੁਰ ਕਲਾਂ। ਠੀਕ ਆ, ਪਿੰਡ 'ਚ ਜ਼ਿਆਦਾ ਨੰਬਰਦਾਰ ਹੀ ਚੱਲਦਾ, ਹੈ ਨਾ? ਠੀਕ ਹੈ, ਜੇ ਕਿਸੇ ਨੇ ਪੁੱਛ ਕੇ ਆਉਣਾ ਤਾਂ ਨੰਬਰਦਾਰ ਦੇ ਅੱਡਾ ਕੋਈ ਪੁੱਛ ਕੇ ਆ ਜੇ। ਹਾਂਜੀ। ਠੀਕ ਹੈ ਜੀ, ਅਤੇ ਐਡਰੈਸ ਵੀ ਦੱਸਦੇ ਇੱਕ ਵਾਰੀ ਆਪਣਾ। ਐਡਰੈਸ ਪਿੰਡ ਸ਼ੇਰਪੁਰ ਕਲਾਂ। ਹਾਂਜੀ। ਡਾਕਖਾਨਾ ਜੈਂਤੀਪੁਰ। ਠੀਕ ਹੈ। ਤਹਿਸੀਲ ਬਟਾਲਾ, ਜ਼ਿਲ੍ਹਾ ਗੁਰਦਾਸਪੁਰ। ਠੀਕ ਹੈ, ਇੱਥੇ ਜੈਂਤੀਪੁਰ ਕਿੰਨਾ ਕੁ ਜੀ ਆਪਾਂ? ਜੈਂਤੀਪੁਰ 1 ਕਿਲੋਮੀਟਰ ਹੈ ਜੀ। ਅਤੇ ਬਟਾਲਾ ਕਿੰਨਾ ਕੁ ਹੋਊਗਾ? ਬਟਾਲਾ ਇੱਥੋਂ 9 ਕਿਲੋਮੀਟਰ ਹੋਊਗਾ। ਠੀਕ ਹੈ, ਹੈਗਾ ਬਟਾਲੇ ਵਾਲੇ ਰੋਡ 'ਤੇ ਹੀ ਆ, ਹੈ ਨਾ? ਮੇਨ ਰੋਡ ਦੇ ਉੱਪਰ ਹੀ ਹੈ, ਹਾਈਵੇ ਦੇ ਉੱਤੇ ਪਿੰਡ ਹੈ ਜੀ। ਹਾਈਵੇ ਦੇ ਉੱਪਰ ਹੀ ਆ, ਬਿਲਕੁਲ। ਅਤੇ ਫੋਨ ਨੰਬਰ ਵੀਰ ਜੀ ਬੋਲਦੇ ਕਰੀ ਆਪਣਾ? 9872। ਹਾਂਜੀ। 0746। ਠੀਕ ਹੈ, ਅਤੇ ਵਪਾਰ ਦਾ ਕੰਮ ਫਿਰ ਆਪਣਾ? ਹਾਂਜੀ, ਵਪਾਰ ਦਾ ਜੀ। ਠੀਕ ਹੈ। ਅਤੇ ਮੱਝਾਂ ਗਾਵਾਂ ਦੋਵੇਂ ਲਿਆਈ ਦੀਆਂ ਫਿਰ ਆਪਾਂ? ਹਾਂਜੀ, ਮੱਝਾਂ ਵੀ ਗਾਵਾਂ, ਜ਼ਿਆਦਾ ਮੱਝਾਂ ਲਿਆਈ ਦੀਆਂ, ਗਾਂ ਘੱਟ ਲਿਆਈ ਦੀ, ਗਾਂ ਇੱਕ ਦੋ ਲਿਆਈ ਦੀ। ਹਾਂਜੀ। ਠੀਕ ਹੈ, ਅਤੇ ਅੱਜ ਸਾਰਾ ਮਾਲ ਸੋਇਆ ਹੀ ਆ ਫਿਰ? ਹਾਂ, ਮਾਲ ਸਾਰਾ ਸੋਇਆ ਜੀ। ਠੀਕ ਹੈ, ਚਲੋ ਪਹਿਲਾਂ ਫਿਰ ਵੈੜ ਹੀ ਵਿਖਾ ਦਈਏ, ਅਤੇ ਫਿਰ ਹੀ ਆਪਾਂ ਜਿਹੜੀਆਂ ਵਾ ਮੱਝਾਂ ਤੁਹਾਨੂੰ ਦਿਖਾਵਾਂਗੇ। ਪਹਿਲੇ ਨੰਬਰ 'ਤੇ ਆਹੀ ਤੁਹਾਨੂੰ ਦਿਖਾਉਣੀ ਹੈ। ਕਿੰਨਵਾਂ ਸੂਆ ਜੇ? ਪਹਿਲਾ ਸੂਆ ਜੇ ਵੈੜ ਦਾ। ਹਾਂਜੀ। ਮਤਲਬ ਪਹਿਲਾ ਸੂਆ ਜੇ 10 ਦਿਨ ਦੀ ਸੂਈ ਜੀ। 10 ਦਿਨ ਦੀ ਸੂਈ ਹੈ। ਕਿੰਨਾ ਦੁੱਧ ਤਿਆਰ ਕਰ ਗਈ ਜੀ? ਠੰਡਾ 16 ਕਿਲੋ ਦੁੱਧ ਦੇ ਥੱਲੇ ਤਿਆਰ ਹੈ ਜੀ। ਤਿਆਰ? ਬਿਲਕੁਲ ਬਿਲਕੁਲ ਤਿਆਰ ਜੀ। ਤੇ ਕਿੰਨਾ ਕੁ ਚਵਾਈ ਜਾਊਗੀ? ਇਹ ਦੁੱਧ 20 ਕਿਲੋ ਚਾਹੂਗੀ ਜੀ। ਅੱਛਾ। ਹਾਂਜੀ। ਤੇ ਮਗਰ ਕੀ ਜੀ? ਇਹਦੇ ਮਗਰ ਬੱਚਾ ਜੀ। ਮਗਰ ਇਹਦੇ ਬੱਚਾ ਹੈ। ਠੀਕ ਜੇ ਗਾਲਾ ਦੁੱਧ ਜਿਹੜਾ ਉਹ 20 ਕਿਲੋ ਹੋਊਗਾ। ਅੱਛਾ। ਤੇ ਲੀਟਰ ਵਾਲਾ ਝਿੱਗ ਤੋਂ ਬਗੈਰ ਜਿਹੜਾ ਉਹ ਮਤਲਬ 16 ਕਿਲੋ। 16 ਕਿਲੋ ਜਿਹੜਾ ਜਿਸ ਤਰ੍ਹਾਂ ਮਰਜਾ ਕੋਈ ਮਰਜੀ ਮਤਲਬ ਕੰਡੇ ਤੇ ਚੜ੍ਹ ਕੋਈ ਵੀਰਾਂ ਤੋਂ ਚਵਾਈ ਕਰਕੇ ਫੇਖੜੇ ਜੀ। ਚਵਾਈ ਕਰਕੇ ਲੈ ਜੇ, ਹੈ ਨਾ? ਠੀਕ ਹੈ ਜੀ। ਤੋਰੀਆਂ ਫਿਰ ਇਹਨਾਂ? ਹਾਂ, ਦੇਖ ਸਕਦੇ ਹਵਾਨ ਆ ਇਹਦਾ। ਲੈ ਆਵੇ ਜੀ, ਬਾਕੀ ਚੰਗੇ ਕੱਦ ਕਾਠ ਦੀ ਆ, ਸੋਹਣੀ ਵੈੜ ਆ, ਥਣਾ ਦਾ ਸਾਈਜ਼ ਗੈਪ ਵੀ ਜਿਹੜਾ ਇਹਦਾ ਚੰਗਾ। ਹਾਂ, ਦੇਖ ਸਕਦੇ ਆ ਜੋ, ਲੈ ਆਵੇ ਜੀ, ਬੰਨ ਦਿਓ ਜੀ। ਬਾਕੀ ਹਵਾਨੇ ਦੇ ਨਾੜਾਂ ਵੀ ਜਿਹੜੀਆਂ ਚੰਗੀਆਂ ਵਾ। ਤੇ ਕਿੰਨਾ ਰੱਖਣਾ ਵੀਰ ਜੀ ਇਹਦਾ ਫਿਰ ਮੁੱਲ? ਆਪਾਂ ਮੁੱਲ ਤੁਸੀਂ ਦੱਸ ਦਿਓ ਕਿੰਨਾ ਰੱਖੀ ਜਾ ਜਾ ਕਰ ਦਈਏ ਫਿਰ। ਪਹਿਲੀ ਵੀਡੀਓ ਵਾ ਆਪਣੀ, ਦੇਣ ਲੈਣ ਵਾਲੇ ਮੁੱਲ ਕਰ ਦਿਓ। ਕਿੰਨਾ ਕਰ ਦਈਏ? 55,000 ਕਰ ਦਈਏ ਜੀ। ਜੇ ਆ ਗਈ ਕਸਰ ਤੇ ਕੱਢ ਦਿਓ। ਵੇਖ ਲਓ ਤੁਸੀਂ, ਦੱਸ ਦਿਓ ਕਿੰਨਾ ਕਰ ਹੋਣਾ। ਬਿਲਕੁਲ ਜੱਸ ਨੂੰ ਕਰ ਦਈਏ, ਜਿਆਦਾ ਤੁਸੀਂ ਕਹਦੋ ਕਿੰਨਾ ਕਰ ਸਕਦਾ ਕਰ ਦਈਏ ਵਿੱਚ 2000 ਮਾਨ ਫਿਰ। 2000 ਨਹੀਂ, 5000 ਕਰ ਦਾਂਗੇ ਜੀ। ਅੱਛਾ, ਪੂਰੇ 50 ਦੀ? ਠੀਕ ਹੈ, 50 ਚ ਵੀ 2000 ਹੋਰ ਛੱਡ ਦਾਂਗੇ ਜੀ। ਅੱਛਾ, 48,000 ਦੀ ਦੇ ਦੋਗੇ? ਤੇ ਬਾਕੀ ਨਾ ਜਿਹੜੀ 42,000 ਦੀ ਦਵਾਂਗੇ ਵਿੱਚ। ਅੱਛਾ, 100 ਰੁਪਏ ਛੋੜ ਹੋਊਗੀ। ਅੱਛਾ, 42,000 ਚ? ਅੱਛਾ, ਪਹਿਲੇ ਵੀਡੀਓ ਦੇ ਰੇਟ ਜਾਇਜ਼ ਹੀ ਕਰਨੇ ਆ ਜੀ। ਠੀਕ ਹੈ, ਬਾਕੀ ਇਹ ਆ ਕਿ ਚਲੋ ਦੁੱਧ 16 ਲੀਟਰ ਮੌਕੇ ਤੇ ਚਵਾ ਦੋਗੇ। ਦੋ ਟਾਈਮ ਵੀ ਸਲੀ ਕੱਕ ਖੜੇ ਜੀ। ਠੀਕ ਹੈ ਜੀ, ਠੀਕ ਹੈ। ਤੇ ਹੁਣ ਆ ਗਈ ਆਪਣੇ ਕੋਲ ਮੱਝਾਂ ਜਿਹੜੀਆਂ ਤੁਹਾਨੂੰ ਦਿਖਾਈਏ। ਆ ਹੁਣ ਇਹ ਸਾਰੀਆਂ ਬੱਚੇ ਲਾ ਕੇ ਪਸਮਾਈਆਂ ਵਾ, ਤਾਂ ਕਿ ਕਹਿੰਦੇ ਥਣਾ ਥੁਣਾ ਦਾ ਪਤਾ ਲੱਗ ਜੇ ਸਾਰਾ। ਤੇ ਆ ਜੇ ਵਿਧੀ ਜਿਹੜੀ ਝੋਟੀ ਪਹਿਲੇ ਨੰਬਰ 'ਤੇ,
ਦੂਸਰਾ ਸੂਆ ਆ, ਕਿੰਨਾ ਕੁ ਚਿਰ ਹੋਇਆ ਜੀ ਸੂਈ ਨੂੰ? ਮਹੀਨੇ ਦੀ ਸੂਈ ਜੀ, ਮਹੀਨੇ ਦੀ ਸੂਈ ਆ, ਠੀਕ ਆ। ਤੇ ਬੱਚਾ ਕੀ ਇਹਦੇ ਮਗਰ? ਮਗਰ ਇਹਦੇ ਕੱਟਾ ਆ। ਤੇ ਦੁੱਧ ਕਿੰਨਾ ਜੀ ਇਹਦੇ ਕੋਲ? ਦੁੱਧ ਥੱਲੇ ਠੰਡਾ 13 ਕਿਲੋ ਜੀ, ਉਸ ਤਰ੍ਹਾਂ ਭਾਵੇਂ 14 ਕਿਲੋ। ਉਹਦਾ ਚ ਗਾਲਾ ਜਿਹੜਾ ਉਹ 15 ਕਹਿ ਦਈਏ ਭਾਵੇਂ 14 ਕਹਿ ਦਈਏ, ਠੰਡਾ ਜਿਹੜਾ ਚ ਗਮਾਰ ਕੇ 13 ਕਿਲੋ, 13 ਲੀਟਰ ਜਿਹੜਾ ਬਿਲਕੁਲ ਘਰੋਂ ਚਵਾ ਕੇ ਦੋਗੇ, ਹਨਾ? ਦੋ ਟਾਈਮ ਚਵਾ ਦਾਂਗੇ ਜੀ। ਤੋਰ ਦਈਏ ਫਿਰ ਇਹਨਾਂ ਵੀ ਆਪਾਂ। ਬਾਕੀ ਕੱਦ ਕਾਠ ਵੀ ਚੰਗਾ ਇਹਦਾ ਵੀ। ਅੱਜ ਲੈ ਆਇਆ ਵੀਰ ਜੀ, ਤੇ ਇਹਦਾ ਕੀ ਰੱਖਣਾ ਵੀਰ ਜੀ ਮੁੱਲ? ਫਿਰ ਆਪਾਂ ਮੁੱਲ ਵੇਖਣਾ, ਤੁਸੀਂ ਦੱਸ ਦਿਓ ਵੀਰ ਜੀ। ਜਾਇਜ਼ ਇਹਦਾ ਵੀ ਜਾਇਜ਼ ਹੀ ਕਰ ਦਈਏ, ਬਹੁਤ ਬੜਾ ਜੀ। ਹਾਂਜੀ, ਜਾਇਜ਼ ਹੀ ਕਰ ਦਈਏ ਫਿਰ। ਹਾਂਜੀ, ਕਿੰਨੇ ਦੀ? 90,000 ਵਿੱਚੋਂ ਕੁਛ ਕਰਨਾ ਮਨ ਤਨ ਤੇ ਕਰ ਦਈਏ। ਹਾਂਜੀ, ਕਿੰਨਾ ਕੁ ਇਹਦਾ ਕਰ ਦਈਏ? 5,000 ਹੀ ਫਿਰ ਕਰ ਦਿਓ। 5,000 ਕਰ ਦਿਓ, 85,000 ਦੀ ਦੇ ਦੋਗੇ? ਹੋਰ ਕਰ ਦੋਗੇ ਮਨ? ਹੋਰ ਕਰ ਦਾਂਗੇ 2,000 ਜੀ। ਜੈਸਨੋ ਹੀ ਦੱਸੀਏ ਦੇ? 80 ਨਹੀਂ ਦੇ ਦਾਂਗੇ। ਅੱਛਾ, ਹੋਰ ਚ 100 ਰੁਪਿਆ ਛੋਟ ਦਾਂਗੇ। ਠੀਕ ਆ, ਰੇਟ ਆ ਜਿਹੜੇ ਕਿ ਬਿਲਕੁਲ ਬਿਲਕੁਲ ਨਾਰਮਲ ਰੱਖਣੇ ਆ। ਠੀਕ ਆ ਜੀ, ਠੀਕ ਆ। ਤੇ ਹੁਣ ਜਿਹੜੀ ਆ ਆਪਣੇ ਕੋਲ ਆ ਗਈ ਦੂਸਰੇ ਨੰਬਰ ਤੇ ਝੋਟੀ, ਪਹਿਲਾ ਸੂਆ ਝੋਟੀ ਜੀ। ਪਹਿਲਾ ਸੂਆ ਤੇ ਚੰਗੇ ਕੱਦ ਕਾਠ ਵਾਲੀ ਆ, ਤੇ ਪਿੱਠ ਪੁੜੇ ਤੋਂ ਵੀ ਆਪਾਂ ਦੇਖ ਸਕਦੇ ਚੰਗੀ ਸੋਹਣੀ ਆ। ਇਹਨੂੰ ਵੀਰ ਜੀ ਕਿੰਨਾ ਚਿਰ ਹੋਇਆ ਜੀ ਸੂਈ ਨੂੰ? 25 ਦਿਨ ਹੋਏ ਸੂਈ ਨੂੰ। ਅੱਛਾ, 25 ਦਿਨ ਦੇ ਵਿੱਚ। ਤੇ ਇਹਦੇ ਮਗਰ ਕੀ ਜੇ? ਕੱਟੀ ਜੇ ਇਹਦੇ ਮਗਰ ਕੱਟੀ ਆ। ਤੇ ਇਹਦੇ ਕੋਲ ਬਿਲਕੁਲ ਕੰਡੇ ਵਾਲਾ ਕਿੰਨਾ ਦੁੱਧ ਤਿਆਰ? ਕੰਡੇ ਵਾਲਾ 13 ਕਿਲੋ ਥੱਲੇ ਜੀ ਤਿਆਰ ਬਿਲਕੁਲ, ਜੇ ਗਾਲਾ 15 ਹੋਊਗਾ। ਅੱਛਾ, ਤੇ ਜਿਹੜਾ ਵਾ 13 ਲੀਟਰ ਕਰਕੇ 13 13 ਲੀਟਰ ਜੇ ਤਰ੍ਹਾਂ ਮਰਜ਼ੀ ਕੋਈ ਚਵਾਈ ਕਰਾ ਲੇ, ਹਨਾ? ਦੋ ਟਾਈਮ ਚੋਖ ਖੜੇ ਜੀ। ਠੀਕ ਆ, ਤੇ ਖੋਲੋ ਹਾਂ ਫਿਰ ਤੋਰ ਦਈਏ ਇਹਨਾਂ ਵੀ। ਬਾਕੀ ਇਹ ਕਿ ਸਾਰੀਆਂ ਸੂਈਆਂ ਸਵਾਈਆਂ ਵਾ, ਚਵਾਈ ਤੁਸੀਂ ਆਪਣੀ ਆਪ ਕਰਕੇ ਖੜਨੀ ਆ। ਠੀਕ ਆ, ਕਾਫੀ ਖੂਬਸੂਰਤ ਝੋਟੀ ਆ ਜਿਹੜੀ। ਠੀਕ ਆ ਜੀ, ਲੈ ਜਾਓ ਵੀਰ ਜੀ ਦੁੱਧ ਮੌਕੇ ਤੇ। ਇਹਦੇ ਕੋਲ ਵੀ 13 ਲੀਟਰ ਜਿਹੜਾ ਤਿਆਰ ਦੱਸਦੇ ਆ। ਅੱਜ ਲੈ ਆ ਵੀਰ ਜੀ, ਤੇ ਨੰਬਰਦਾਰ ਜੀ ਫਿਰ ਇਹਦਾ ਕੀ ਰੱਖਣਾ ਮੁੱਲ ਆਪਾਂ? ਵੇਖ ਲਓ ਜੀ ਤੁਸੀਂ ਜਿੰਨਾ ਜਾਇਜ਼ ਕੋਲ ਹੈ। ਜਾਇਜ਼ ਹੀ ਇਹਦਾ ਵੀ ਕਰ ਦਈਏ। ਹਾਂਜੀ, ਜਾਇਜ਼ ਹੀ ਕਰ ਦਈਏ। 1-10 ਦੀ ਜਿਹਦਾ ਵੇਖ ਲਓ ਤੁਹਾਡੀ ਮਰਜ਼ੀ ਜੀ। ਉਹ ਮੈਂ ਤਾਂ ਝੋਟੀਆਂ ਵੇਂਦੇ ਰਹਿੰਦਾ, 1.5 ਦੀਆਂ ਵੇ ਗੰਡੀਆਂ। ਹਾਂਜੀ ਹਾਂਜੀ, ਹਾਂਜੀ ਆਪਾਂ ਕਿਸੇ ਨੂੰ ਕੋਈ ਨਹੀਂ ਕਹਣਾ, ਅਸੀਂ ਆਪਣਾ ਹਿਸਾਬ ਵੇਖਣਾ। ਹਾਂਜੀ ਹਾਂਜੀ, ਕਿੰਨੇ ਦੀ ਦੇ ਰਹੀ ਹੈ ਫਿਰ? ਵੇਖ ਲਓ ਤੁਸੀਂ ਜਿੰਨਾ ਦੀ ਆਪਾਂ ਨੂੰ ਦੇ ਦੇਣਾ। ਕਰ ਦਈਏ ਜਾਇਜ਼ ਇਹਦਾ। ਮੈਂ ਜਿੰਨੇ ਦੀ ਜਿੰਨੀ ਰੱਖੋ ਦੇ ਦੇਣੀ। 5 ਡਾ ਦਈਏ ਇਹਦਾ ਵੀ। ਡਾ ਦੋ, 1-5 ਦੀ? ਆਪਣੀ ਪਸੰਦ ਕਰਕੇ ਵੇਚ ਚਾਹ ਕੇ ਖੜੇ। ਹਾਂ ਦੇ ਸਕਦੇ, ਸੋਹਣੀ ਝੋਟੀ ਆ ਜਿਹੜੀ। ਤੇ ਹੁਣ ਇੱਕ ਹੋਰ ਝੋਟੀ ਤੁਹਾਨੂੰ ਦਿਖਾਉਣੀ ਆ, ਚੰਗੇ ਕੱਦ ਕਾਠ ਵਾਲੀ ਆ।
ਸ਼ਾਇਦ ਆ ਵੀ ਪਹਿਲਾਂ ਸੁਬਾ ਬੱਚੇ ਵੀ ਦਿਖਾ ਦਈਏ ਕਰੀ ਕਿੱਥੇ ਜੀ ਚਲੋ ਪਹਿਲਾਂ ਤੋਰ ਹੀ ਦਈਏ ਫਿਰ ਇਹਦੇ ਕੋਲ ਦੁੱਧ ਕਿੰਨਾ ਤਿਆਰ ਜੇ ਇਹਦੇ ਕੋਲ ਵੀ ਉਹਨੇ 13 ਕਿਲੋ ਜੀ ਅੱਛਾ ਇਹਦੇ ਕੋਲ ਵੀ 13 ਨਹੀਂ 15 ਹੋਊਗਾ ਜੀ ਠੰਡਾ ਠੰਡਾ 13 ਕਿਲੋ ਜੀ ਦੋ ਪਹਿਲੇ ਸੂਹੇ ਝੋਟੀਆਂ ਤੇ ਇੱਕ ਦੂਸਰੇ ਸੂਹੇ ਆ ਹਾਂ ਦੇਖ ਸਕਦੇ ਹਵਾ ਨਾ ਇਹਦਾ ਵੀ ਅੱਜ ਲਿਆਇਓ ਜੀ ਬਾਕੀ ਵੀਡੀਓ ਬਣਾਉਣ ਦਾ ਟਾਈਮ ਹੀ ਜਿਹੜਾ ਆਪਣਾ ਸ਼ਾਮ ਦਾ ਹੀ ਹੈ ਬਾਕੀ ਥਾਣੇ ਚੰਗੇ ਗੈਪ 'ਤੇ ਲੱਗਿਆ ਬਿਲਕੁਲ ਦੂਰ ਦੂਰ ਥਾਣੇ ਆ ਅਤੇ ਇੱਕੋ ਜਿਹੇ ਸਾਈਜ਼ ਦਾ ਜਿਹੜਾ ਥਾਣੇ ਆ ਅਗਲੇ ਥਾਣਾਂ ਦਾ ਸਾਈਜ਼ ਵੀ ਕਾਫੀ ਪਿਆਰਾ ਅਤੇ ਪਿਛਲੇ ਥਾਣਾਂ ਦਾ ਸਾਈਜ਼ ਵੀ ਕਾਫੀ ਪਿਆਰਾ ਸੋਹਣੀ ਝੋਟੀ ਆ ਜਿਹੜੀ ਅਤੇ ਹਾਂ ਦੇਖ ਸਕਦੇ ਜੀ ਬਾਕੀ ਚਿਹਰੇ ਦੀ ਵੀ ਬੜੀ ਖੂਬਸੂਰਤ ਆ ਅਤੇ ਇਹਦਾ ਵੀ ਜੀ ਕਿੰਨਾ ਰੱਖਣਾ ਮੁੱਲ ਫਿਰ ਆਪਾਂ ਇਹਦਾ ਵੀ ਤੁਸੀਂ ਦੱਸਦਾ ਕਿੰਨਾ ਕਰਾਂਗੇ ਜਾਇਆ ਜੀ ਕਰਨਾ ਇਹਦਾ ਵੀ ਕਿੰਨੇ ਦੀ ਇਹਦਾ ਵੀ 1000 ਰੱਖ ਦਈਏ ਜੀ ਵੇਖ ਲਓ ਮਾਲਕ ਜੇ ਤੁਸੀਂ ਜੋ ਮਰਜ਼ੀ ਰੱਖ ਸਕਦੇ ਜੀ ਹਾਂਜੀ ਹਾਂਜੀ ਕਿੰਨੇ ਦੀ ਜੈਸ ਨੂੰ ਹੀ ਕਰੀਏ ਵੀ ਕਿ ਜਾਂ ਨਾ ਤੁਹਾਡਾ ਹੀ ਟਾਈਮ ਬਾਅਦ 'ਚ ਲੱਗੇ ਜ਼ਿਆਦਾ ਅਤੇ ਨਾ ਸੌਦਾ ਕਰਨ ਵਾਲੇ ਦਾ ਹੀ ਲੱਗੇ ਤਸੱਲੀ ਕਰਕੇ ਖੜੇ ਹਨ ਤੁਹਾਡੇ ਘਰੋਂ ਦੋ ਟਾਈਮ ਤਸੱਲੀ ਕਰਕੇ ਖੜੇ ਹਨ ਦੋ ਟਾਈਮ ਚਵਾਈ ਕਰਕੇ ਖੜੇ ਠੀਕ ਹੈ ਜੀ ਬੱਚੇ ਵਿਖਾ ਦਈਏ ਕਰੀ ਕਿਹੜੀ ਜਿਹੜੀ ਹੁਣ ਵਿਖਾਈ ਜਾਂਦੀ ਤੇ ਹੁਣ ਖੋਲੀ ਇਹਦਾ ਕੋਲਾ ਹੀ ਜੇ ਬੱਚੇ ਕੱਟੀ ਵਿਚਕਾਰਲੀ ਝੋਟੀ ਦੀ ਠੀਕ ਹੈ ਜੀ ਆ ਕੱਟਾ ਪਰਲੀ ਮਈ ਦਾ ਠੀਕ ਹੈ ਜੀ ਆ ਬੱਚੇ ਜੇ ਆਪਣੀ ਸਮਝਣਾ ਕੋਈ ਵੇਖ ਲੈ ਆਣ ਕੇ ਕਿੰਨੇ ਕੁ ਚਿਰਦੇ ਆ ਕੋਈ ਵੱਧ ਵੀ ਆ ਤੇ ਕੋਈ ਘੱਟ ਵੀ ਆ ਤੇ ਬਾਕੀ ਕੋਈ ਵੀਰ ਆਵੇ ਇੱਥੇ ਆਪਣੀ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਵੇਸ਼ ਚਾਹ ਕੇ ਆਪਣੀ ਮਰਜ਼ੀ ਨਾਲ ਫੇਰ ਹੀ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ